ਸਾਨੂੰ ਆਸ਼ੀਰਵਾਦ ਦਿੱਤਾ। ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਸਿੱਖ ਕੌਮ ਦੀ ਸਰਮੌਰ ਹਸਤੀ ਨੇ, ਉਹਨਾਂ ਨੇ ਆਸ਼ੀਰਵਾਦ ਦੇ ਕੇ ਸਾਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਦੇਸ਼ ਦੇ ਕਿਸਾਨਾਂ ਦੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਸਾਰੇ ਹੀ ਕਿਸਾਨ ਵੀਰਾਂ ਨੂੰ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਹਰਪ੍ਰੀਤ ਸਿੰਘ ਬਸੰਤ ਮੈਂ ਸਾਰੇ ਸਾਥੀਆਂ ਸਮੇਤ ਰੋਪੜ ਤੋਂ ਦਿੱਲੀ ਵਿਖੇ ਆ ਕੇ ਕਿਸਾਨ ਜਿਹੜੇ ਆਰਡੀਨੈਂਸ ਬਿੱਲ ਪਾਸ ਕੀਤੇ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਨੇ। ਜਦੋਂ ਸਵੇਰੇ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਚੌਂਕ ਦੇ ਜਾ ਕੇ ਪ੍ਰਦਰਸ਼ਨ ਸ਼ੁਰੂ ਕੀਤਾ, ਜਿਹੜੀ ਪਾਰਲੀਮੈਂਟ ਨੂੰ ਸੜਕ ਜਾਂਦੀ ਹੈ, ਤਾਂ ਸਾਨੂੰ ਉਸੇ ਵੇਲੇ ਆ ਕੇ ਪੁਲਿਸ ਨੇ ਰੋਕਿਆ, ਚੁੱਕੇ ਲੈ ਗਏ ਪਾਰਲੀਮੈਂਟ ਜਿਹੜਾ ਥਾਣਾ ਹੈਗਾ ਉੱਥੇ ਲੈ ਗਏ। ਉੱਥੇ ਲਿਜਾ ਕੇ ਬੜੇ ਸਵਾਲ ਜਵਾਬ ਕੀਤੇ, ਅਸੀਂ ਦੱਸਿਆ ਸੀ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਇਹਨਾਂ ਦੇ ਵਿਰੋਧ ਦੇ ਵਿੱਚ। ਸੋ ਇਹਨਾਂ ਜੋ ਮੇਰਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਆਰਡੀਨੈਂਸ ਕੇਂਦਰ ਦੀ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਨੇ, ਪਰ ਅਸੀਂ ਸਾਰੇ ਕਿਸਾਨ ਇਹ ਸਮਝਦੇ ਹਾਂ ਵੀ ਸਾਡੇ ਪੱਖ 'ਚ ਨਹੀਂ ਹੈਗੇ, ਸਾਡਾ ਨੁਕਸਾਨ ਹੋ ਰਿਹਾ ਅਤੇ ਧੱਕੇ ਨਾਲ ਸਾਡੇ ਪੱਖ ਦੇ ਵਿੱਚ ਇਹ ਦੱਸਿਆ ਜਾ ਰਿਹਾ। MSP ਮਾਰਕੀਟ ਕਮੇਟੀਆਂ ਮੰਡੀਆਂ ਜਿਹੜੀਆਂ ਨਵੀਆਂ ਖੋਲ੍ਹਣੀਆਂ ਅਤੇ ਸਰਕਾਰੀ ਬੰਦ ਕਰਨ ਦੀ ਜਿਹੜੀ ਸਾਜਿਸ਼ ਹੈ, ਜਾਂ ਹੋਰ ਵੱਡੇ ਵੱਡੇ ਅਦਾਰਿਆਂ ਨੂੰ ਛੋਟੇ ਕਿਸਾਨਾਂ ਦੀਆਂ ਲੀਜ਼ 'ਤੇ ਜ਼ਮੀਨਾਂ ਦੇ ਕੇ ਉਹਨਾਂ ਨੂੰ ਖਤਮ ਕਰਨ ਦੀ ਗੱਲ, ਮੰਡੀ ਬੋਰਡ ਤੋੜਨ ਦੀ ਗੱਲ, ਇਸ ਦੇ ਨਾਲ ਸਾਡਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਸਟੋਰੀਆਂ ਨੂੰ ਸਟੋਰ ਕਰਨ ਦੀ ਆਗਿਆ ਦੇਣੀ ਕਿ ਬਹੁਤ ਵੱਡੇ ਪੱਧਰ 'ਤੇ ਤੁਸੀਂ ਸਟੋਰ ਕਰ ਲਓ ਅਤੇ ਕਿਸਾਨ ਤੋਂ 2-2 ਰੁਪਏ ਕਿਲੋ ਆਲੂ ਲੈ ਕੇ 50-50 ਰੁਪਏ ਕਿਲੋ ਵੇਚੋ, ਜਿਹਦੇ ਨਾਲ ਕਿਸਾਨ ਤਾਂ ਮਾਰਿਆ ਜਾਊਗਾ ਅਤੇ ਵੱਡੇ ਵੱਡੇ ਜਿਹੜੇ ਸਟੋਰੀ ਹੈ, ਵੱਡੇ ਵੱਡੇ ਅਦਾਰੇ ਨੇ, ਉਹ ਬਹੁਤ ਜ਼ਿਆਦਾ ਅਮੀਰ ਹੋਣ ਦੀ ਕੋਸ਼ਿਸ਼ ਕਰਨਗੇ। ਸੋ ਇਹ ਸਾਰਾ ਕੁਛ ਅਸੀਂ ਕਿਸਾਨੀ ਦੇ ਤੌਰ 'ਤੇ ਸਮਝਦੇ ਹਾਂ ਕਿ ਕਿਸਾਨਾਂ ਦੇ ਉਲਟ ਹੈ, ਇਸ ਲਈ ਰੋਸ ਵਜੋਂ ਅੱਜ ਸ਼੍ਰੀ ਗੁਰਦਾਸ ਮਾਨ ਸਾਹਿਬ, ਫਿਰ ਅਸੀਂ ਆ ਕੇ ਜਦੋਂ ਥਾਣੇ 'ਤੇ ਸਾਨੂੰ ਧਮਕੀਆਂ ਦਿੱਤੀਆਂ ਗਈਆਂ, ਤੁਹਾਡੀ ਗ੍ਰਿਫਤਾਰੀ ਪਾ ਦਾਂਗੇ, ਤੁਹਾਡਾ ਇਹ ਕਰ ਦਾਂਗੇ, ਉੱਥੋਂ ਵਾਰਨਿੰਗ ਦੇ ਕੇ ਸਾਨੂੰ ਛੱਡ ਪਾ ਗਏ। ਅਸੀਂ ਆ ਕੇ ਰਿਕਾਰਡਨ ਸਾਹਿਬ ਬੈਠ ਗਏ, ਇੱਥੇ ਵੀ ਪੁਲਿਸ ਦੇ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਗਾਇਆ ਕਿ ਅਸੀਂ ਸਾਨੂੰ ਇੱਥੋਂ ਤੋੜ ਦਿੱਤਾ ਜਾਵੇ। ਅਸੀਂ 5 ਸਿੰਘ ਰੋਪੜ ਜ਼ਿਲ੍ਹੇ ਤੋਂ ਆਏ ਹਾਂ ਕਿਸਾਨ, ਅਸੀਂ ਗਏ ਨੇ, ਧੰਨਵਾਦ ਕਰਦੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪਰਮੀਤ ਸਿੰਘ ਬਾਲਕਰ ਨੂੰ, ਜਿਨ੍ਹਾਂ ਨੇ ਆ ਕੇ ਸਾਨੂੰ ਯਕੀਨ ਦਵਾਇਆ ਕਿ ਇੱਥੇ ਸਾਥੀ ਵੀ ਆਉਣਗੇ, ਵਪਾਰੀ ਦੋਸਤ ਵੀ ਆਉਣਗੇ, ਹਰੇਕ ਵਰਗ ਦੇ ਦੋਸਤ ਸਾਡੀ ਮਦਦ ਕਰਨਗੇ।
ਅਤੇ ਹਰਮੀਤ ਸਿੰਘ ਕਾਲਕਾ ਜੀ ਆਪ ਵੀ ਸਾਡੀ ਇੱਥੇ ਸਾਰਾ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਵਿੱਚ ਮਦਦ ਕਰ ਰਹੇ ਹਨ, ਕਿਉਂਕਿ ਉਹਨਾਂ ਦੀ ਗੱਲ ਵਧੀਆ ਲੱਗੀ ਬਹੁਤ। ਕਹਿੰਦੇ ਅਸੀਂ ਚਾਹੇ ਵਪਾਰੀ ਹਾਂ ਚਾਹੇ ਬਿਜ਼ਨਸਮੈਨ ਹਾਂ ਅਤੇ ਕੋਈ ਆ, ਖਾਂਦੇ ਤਾਂ ਅਸੀਂ ਕਿਸਾਨ ਦਾ ਹੀ ਹਾਂ ਅਤੇ ਅਸੀਂ ਕਿਸਾਨ ਸਾਡੇ ਭਰਾ। ਬਾਕੀ ਇਸੇ ਤਰ੍ਹਾਂ ਮੈਂ ਸਾਰੇ ਪੰਜਾਬ ਦੇ ਸਾਥੀਆਂ ਨੂੰ ਵੀ ਅਪੀਲ ਕਰਦਾ ਹਾਂ, ਹਰਿਆਣਾ ਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਆ ਕੇ ਦਿੱਲੀ ਦੇ ਵਿੱਚ ਆਪਣਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰੀਏ, ਤਾਂ ਕਿ ਕੇਂਦਰ ਦੀ ਸਰਕਾਰ ਨੂੰ ਸਮਝ ਪਵੇ, ਕੇਂਦਰ ਦੀ ਸਰਕਾਰ ਨੂੰ ਪਤਾ ਲੱਗੇ ਕਿ ਇਹਨਾਂ ਆਰਡੀਨੈਂਸ ਬਿੱਲਾਂ ਦੇ ਪਾਸ ਹੋਣ ਨਾਲ ਕਿਸਾਨ ਕਿੰਨਾ ਦੁਖੀ ਹੈ। ਤਾਂਹੀਓ ਹਰ ਰੋਜ਼ ਧਰਨੇ ਲੱਗ ਰਹੇ ਨੇ, ਹਰ ਰੋਜ਼ ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ, ਹਰ ਰੋਜ਼ ਰੋਸ ਪ੍ਰਗਟ ਕੀਤਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਨੂੰ ਇਹ ਸਾਰਾ ਸਮਝ ਕੇ ਇਹ ਕਿਸਾਨ ਵਿਰੋਧੀ ਬਿੱਲ ਵਾਪਸ ਲੈਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।